ਸਤਿ ਸ੍ਰੀ ਅਕਾਲ ਦੋਸਤੋ, ਅੱਜ ਦਾ ਸਮਾਂ ਕਲਯੁੱਗ ਦਾ ਸਮਾਂ ਚੱਲ ਰਿਹਾ ਹੈ। ਉੱਥੇ ਹੀ ਜਿਵੇਂ ਕਿ ਸਿਆਣਾ ਦਾ ਵੀ ਕਹਿਣਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ, ਇਸ ਘੋਰ ਕਲਯੁੱਗ ਦੇ ਵਿੱਚ ਵੀ, ਜੇਕਰ ਦੁਨੀਆ ਚੱਲ ਰਹੀ ਹੈ ਤਾਂ ਕੁਝ ਰੱਬ ਦੇ ਫਰਿਸ਼ਤਿਆਂ ਦੇ ਕਰਕੇ, ਜੋ ਕਿ ਚੰਗੇ ਕੰਮ ਕਰਦੇ ਨੇ। ਇਹਨਾਂ ਰੱਬ ਦੇ ਫਰਿਸ਼ਤਿਆਂ ਦੇ ਵਿੱਚੋਂ ਇੱਕ ਹੈ ਲੁਧਿਆਣਾ ਦੇ ਹਸਨਪੁਰ ਦੇ ਵਿੱਚ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਗਰੀਬਾਂ ਬੇਸਹਾਰਿਆਂ ਦੀ, ਇੱਥੋਂ ਤੱਕ ਕਿ ਸਮਾਜ ਅਤੇ ਪਰਿਵਾਰ ਵੱਲੋਂ ਲਤਾੜੇ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ, ਜਿਨ੍ਹਾਂ ਦੇ ਕੋਲ ਕਿ ਇੱਕ ਅਜਿਹਾ ਕੇਸ ਆਇਆ ਜਿਸ ਦੀ ਕਹਾਣੀ ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗੀ। ਕਿਵੇਂ ਆਪਣੀ ਇੱਕ ਮਾਸੂਮ ਧੀ ਦੇ ਕਰਕੇ ਇੱਕ ਬਾਪ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ, ਉਹਨਾਂ ਹੰਝੂਆਂ ਆਉਣ ਦਾ ਕੀ ਕਾਰਨ ਸੀ, ਉਹ ਦਿਖਾਉਣ ਦੇ ਲਈ ਤੁਹਾਨੂੰ ਉਸ ਵੀਡੀਓ ਵੱਲ ਹੀ ਲੈ ਚੱਲਾਂਗੇ। ਅਤੇ ਦੋਸਤੋ, ਜੇਕਰ ਪਰਮਾਤਮਾ ਵੱਲੋਂ ਤੁਹਾਨੂੰ ਬਖਸ਼ਿਆ ਤੁਸੀਂ ਇਸ ਕਾਬਲ ਹੋ ਕਿ ਇਸ ਪਰਿਵਾਰ ਦੀ ਮਦਦ ਕਰ ਸਕੋ, ਤਾਂ ਜ਼ਰੂਰ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਨਾਲ ਤੁਸੀਂ ਸੰਪਰਕ ਕਰੋ। ਅਤੇ ਜੇਕਰ ਨਹੀਂ ਤਾਂ ਜ਼ਰੂਰ ਇਸ ਵੀਡੀਓ ਨੂੰ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਤਾਂ ਕਿ ਇਸ ਵੀਡੀਓ ਨੂੰ ਕਿਸੇ ਅਜਿਹੇ ਇਨਸਾਨ ਤੱਕ, ਅਜਿਹੇ ਸ਼ਖਸ ਤੱਕ ਪਹੁੰਚਾਇਆ ਜਾ ਸਕੇ ਜੋ ਇਸ ਪਰਿਵਾਰ ਦੀ ਮਦਦ ਕਰ ਸਕੇ। ਅਤੇ ਇੱਕ ਪਰਿਵਾਰ ਜੋ ਇਸ ਵੇਲੇ ਬਹੁਤ ਹੀ ਜ਼ਿਆਦਾ ਸਦਮੇ ਅਤੇ ਘੋਰ ਨਿਰਾਸ਼ਾ ਦੇ ਵਿੱਚ ਹੈ, ਉਹ ਫਿਰ ਤੋਂ ਆਪਣਾ ਉਸੇ ਤਰ੍ਹਾਂ ਹੱਸੀਆਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੇ। ਸੋ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ, ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ। ਹੋਰ ਤਾਜ਼ਾ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ। ਤੂੰ ਕਹਿ ਰਿਹਾ ਨਾ ਤੇਰਾ ਕੋਈ ਨੀ, ਮੈਂ ਭਰਾ ਵਾਂ ਸੀ ਤੇਰੇ ਵੱਡੇ, ਠੀਕ ਆ। ਪਰ ਉਸ ਚੀਜ਼ਾਂ ਨੂੰ ਨਾ ਆਪਣੇ ਹੱਥ 'ਚ ਨਹੀਂ ਹੁੰਦੀਆਂ, ਉਹ ਚੀਜ਼ਾਂ ਭਗਵਾਨ ਕਰਦਾ। ਉਹਨੇ ਜਿੱਦਾਂ ਕਰਨੀਆਂ ਨਾ, ਜਿਹੜੇ ਤੁਹਾਡੇ ਦੁੱਖ ਸੁੱਖ ਲਿਖੇ ਆ ਕਰਮਾਂ ਦੇ, ਭੁੱਗ ਰਹੇ ਆਪਾਂ ਕੋਈ ਦੁੱਖ ਨੀ ਮਿਲਦਾ ਤੈਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਬੱਚੀ ਆ ਜੀ ਜਸਲੀਨ ਕੌਰ, ਇਸ ਟਾਈਮ ਓਰੀਸਨ ਹੋਸਪਿਟਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਬੱਚੀ। ਬੱਚੀ ਦਾ ਅੱਜ ਤੋਂ 10 ਮਹੀਨੇ ਪਹਿਲਾਂ ਸਿਰ ਦੇ ਵਿੱਚ ਸਟੰਟ ਪਾਇਆ ਗਿਆ ਸੀਗਾ, ਸਿਰ 'ਚ ਪਾਣੀ ਭਰਦਾ ਸੀਗਾ। ਉਸ ਤੋਂ ਬਾਅਦ ਬੱਚੀ ਬਿਲਕੁਲ ਨੋਰਮਲ ਹੋ ਗਈ ਸੀ, ਠੀਕ ਸੀਗੀ। ਪਰ ਹੁਣ ਕੁਝ ਦਿਨ ਪਹਿਲਾਂ ਫਿਰ ਦੁਬਾਰਾ ਬੱਚੀ ਨੂੰ ਦੌਰੇ ਪੈਣ ਲੱਗ ਗਏ, ਬੇਹੋਸ਼ੀ ਦੀ ਹਾਲਤ 'ਚ ਮਾਂ ਬਾਪ ਇੱਥੇ ਲੈ ਕੇ ਆਏ, ਤਾਂ ਹੋਸਪਿਟਲ ਦਾਖਲ ਕਰਾਇਆ ਗਿਆ। ਤੇ ਉੱਥੇ ਡਾਕਟਰਾਂ ਨੇ ਦੱਸਿਆ ਵੀ ਜਿਹੜਾ ਉਹ ਸਟੰਟ ਪਾਇਆ ਸੀ ਸਿਰ 'ਚ, ਉਹ ਬਲੌਕ ਹੋ ਗਿਆ ਵਾ, ਤੇ ਹੁਣ ਉਹ ਦੁਬਾਰਾ ਸਟੰਟ ਪਾਉਣਾ ਪੈਣਾ ਵਾ। ਤੇ ਇਸ ਟਾਈਮ ਓਰੀਸਨ ਹੋਸਪਿਟਲ ਦੇ ਵਿੱਚ ਬੱਚੀ ਦਾਖਲ ਆ ਜੀ। ਪਹਿਲਾਂ ਤਾਂ ਤੁਸੀਂ ਸਾਰੇ ਅਰਦਾਸ ਕਰਿਓ ਵੀ ਜੈਸਲੀਨ ਠੀਕ ਹੋ ਜਾਵੇ, ਜਲਦੀ ਜਲਦੀ ਉਹ ਆਪਣੇ ਮਾਂ ਬਾਪ ਦੀ ਗੋਦ ਦੇ ਵਿੱਚ ਆਵੇ। ਇਹ ਬੱਚੀ ਦੀ ਮਦਰ ਆ ਰਮਨ ਆ, ਇਹ ਬੱਚੀ ਦੇ ਡੈਡੀ ਆ ਗੁਰਜੀਤ ਸਿੰਘ। ਤੇ ਮਿਹਨਤ ਮਜ਼ਦੂਰੀ ਕਰਕੇ ਰਮਨ ਭੈਣ ਲੋਕਾਂ ਦੇ ਘਰਾਂ 'ਚ ਰੋਟੀ ਬਣਾ ਕੇ, ਰਸੋਈ ਦਾ ਕੰਮ ਕਰਕੇ ਆਪਣੀ ਜੀਵਨ। ਤੇ ਇਹ ਵੀਰ ਗੁਰਜੀਤ ਆਪਣੇ ਸ਼ੈਲਰ ਦੇ ਵਿੱਚ ਲੇਬਰ ਦਾ ਕੰਮ ਕਰਕੇ ਆਪਣੇ ਜੀਵਨ ਨੂੰ ਚੰਗਾ ਕਰਨ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀ, ਬੱਚੀ ਨੂੰ ਪਾਲਣ ਦੇ ਲਈ ਯਤਨ ਕਰ ਰਹੇ ਸੀ। ਇੰਨਾ ਪੈਸਾ, ਲੱਖਾਂ ਰੁਪਈਆ ਇਲਾਜ ਦੇ ਵਿੱਚ ਲਾਉਣ ਲਈ, ਨਾ ਤਾਂ ਕੋਲੇ ਕੋਈ ਜ਼ਮੀਨ ਜਾਇਦਾਦ ਆ, ਨਾ ਕੋਈ ਆਪਣਾ ਕੰਮ ਕਾਰ ਆ, ਕੋਈ ਬਿਜ਼ਨਸ ਆ। ਮਾਂ ਬਾਪ ਵੀ ਹੈ ਨਹੀਂ, ਮਾਂ ਬਾਪ ਦੀ ਡੈਥ ਹੋ ਚੁੱਕੀ ਆ, ਕੋਈ ਭੈਣ ਭਰਾ, ਕੋਈ ਆਪਣਾ ਸਕਾ ਸੰਬੰਧੀ ਵੀ ਮੁੱਖ ਮੋੜ ਜਾਂਦੇ ਨੇ। ਤੁਹਾਨੂੰ ਪਤਾ ਅੱਜ ਕਿੱਦਾਂ ਦਾ ਜ਼ਮਾਨਾ ਚੱਲ ਰਿਹਾ ਵਾ। ਪਰ ਜੇ ਆਪਾਂ ਸਮਝੀਏ ਤਾਂ ਸਾਡਾ ਸਮਾਜ ਵੀ ਰਿਸ਼ਤੇਦਾਰ ਹੀ ਆ, ਅਸੀਂ ਸਾਰੇ ਇੱਕ ਹੀ ਹਾਂ, ਇੱਕੋ ਹੀ ਗੁਰੂ ਦੀ ਅਸੀਂ ਅੰਸ ਮੰਸ਼ ਹਾਂ। ਅਸੀਂ ਸਾਰੇ ਜੀ ਉਸ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ 'ਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਗੱਲ ਕਰਦੇ ਹਾਂ, ਤਾਂ ਅਸੀਂ ਅੱਜ ਰਲ ਕੇ ਇਸ ਵੀਰ ਦੇ, ਇਸ ਭੈਣ ਦੇ, ਇਸ ਦਿਲ ਦੇ ਟੁਕੜੇ ਨੂੰ, ਇਸ ਜੁਗਰ ਦੇ ਟੁਕੜੇ ਨੂੰ, ਜੈਸਲੀਨ ਨੂੰ ਬਚਾਉਣ 'ਚ ਆਪਾਂ ਸਾਰੇ ਯਤਨ ਕਰੀਏ। ਸਭ ਤੋਂ ਜ਼ਰੂਰੀ ਤਾਂ ਅਰਦਾਸ ਆ, ਦੁਆਵਾਂ ਵਾਂ, ਤੁਹਾਡੀਆਂ ਅਸੀਸਾਂ ਵਾਂ, ਜਨ ਕੀ ਅਰਦਾਸ ਬਿਰਥੀ ਨਾ ਜਾਏ। ਕਿਉਂਕਿ ਦੁਆਵਾਂ ਅਤੇ ਅਰਦਾਸਾਂ ਨੇ ਇਹਨਾਂ ਦੀ ਧੀ ਨੂੰ ਠੀਕ ਕਰਨਾ, ਦਵਾਈਆਂ ਅਤੇ ਡਾਕਟਰ ਕੁਝ ਨਹੀਂ ਕਰ ਸਕਦੇ। ਜੇ ਉਹਦੀ ਕਿਰਪਾ ਹੋ ਗਈ ਤਾਂ ਫਿਰ ਕਹਿੰਦੇ ਵੀ ਮਿੱਟੀ ਵੀ ਦਵਾਈ ਬਣ ਜਾਂਦੀ ਹੈ। ਇਸ ਟਾਈਮ ਬੱਚੀ ਓਰੀਸਨ ਹੋਸਪਿਟਲ 'ਚ ਐਡਮਿਟ ਆ। ਜੇ ਕੋਈ ਭੈਣ ਭਰਾ ਬੱਚੀ ਦੇ ਆਪਰੇਸ਼ਨ ਵਾਸਤੇ ਹੈਲਪ ਕਰ ਸਕਦਾ ਤਾਂ ਉੱਥੇ ਸਿੱਧਾ ਓਰੀਸਨ ਹੋਸਪਿਟਲ ਜਾ ਕੇ ਤੁਸੀਂ ਜੈਸਲੀਨ ਦੇ ਇਲਾਜ 'ਚ ਵੀ ਮਦਦ ਕਰ ਸਕਦੇ ਹੋ। ਪਰ ਇਲਾਜ ਦੀ ਉਸ ਮਦਦ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਇਸ ਮਦਦ ਦੀ ਲੋੜ ਆ ਵੀ ਤੁਸੀਂ ਅਰਦਾਸ ਕਰਿਓ। ਬਸ ਇਹ ਸਾਡੀ ਛੋਟੀ ਭੈਣ ਦੇ ਕਾਲਜੀ ਨੂੰ ਠੰਡ ਪਵੇ, ਉਹਦੀ ਧੀ ਠੀਕ ਹੋ ਕੇ ਆਪਣੀ ਮਾਂ ਦੀ ਗੋਦ ਵਿੱਚ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋ ਨਾ ਛੋਟੇ ਵੀਰੋ, ਰੋ ਨਾ ਮੇਰਾ ਵੀ।
तू कह रहा ना तेरा कोई नहीं, मैं भरा वा तेरे बड़े, ठीक है, पर कुछ चीजा नु ना अपने हाथ च नहीं होंदिया, कुछ चीजा भगवान करता, उन्हें जिदा करनी है ना, जो थोड़े दुख सुख लिखे कर्मा दे भुगले आपा ना, कोई दुख नहीं मिलता तेन, फिक्र ना कर, फिक्र ना कर, तू इन जैसली ठीक कर ला, फिर आप उदू बाद गल करते हैं, तेन आप करते हैं जवाब का हल कोई चाहिए, ठीक है, कोई ना। मैं उस दिन भी जिस दिन तू आया सी, मैं उस दिन भी सोच लिया सी, ताही मैं तेन पुछदा तू कि पढ़िया हो, तेन असि कोई ना कोई काम देवे, ठीक है, इन भी लावे काम, भी वेली बैठी रही है, ये तो भी काम करावे कोई ना कोई, ठीक है, कोई ना, वाहगुरु मेहर करन पुत। देखो जिंदगी च संघर्ष ही जिंदगी है, पर जो इन बैक टू बैक इन गल हो जाए, जो फिर दुख तो हो जाता लगता बंद मेरे ना कल तो हो ही जाता, पर पुत भगवान इम्तिहान भी आपद का ही ला, है ना, कल सुख दी नहीं, सुकून दी है, कोई ना हो जाऊगा ठीक, सब कुछ ठीक हो जाऊगा, समा समा समर्थ सब कुछ ओके हाथ है भरावा, है ना, कोई ना घबरा ना, लखा नालों चंगा अज फिर भी तो तेरे को परिवार आ, तेरी घर वाली आ, तुहाडा आपस विच किन्नी अटैचमेंट आ, तुसीं दुख सुख च इकट्ठे रहो, नहीं तो आपस विच ही बंदा खिलर जांदा, एक दूजे दी तुसीं बाह वा, एक दूजे दा तुसीं साथ दिंदे हो पूरा, हुण तूं माड़ा रोया हो जद ही, है ना, इन्ना कुछ होण दे बावजूद ना भांडे खिलर जांदे आ, तुसीं भागां वाले हो इकट्ठे हो, कोई ना जैसलीन ठीक हो जू, सब वाहगुरु की कृपा हो, पर एक तेरी मैं इस गल से बड़ा सची मैं तकलीफ हुई भी तू तू साडे कोल एक वारी आउंदा भी भाई मैनू जो कुड़ी बीमार रही है, मेरा 5000 किराया सीगा घर दा, उन्होंने कहा यार तां पैसे दे नहीं तां समान चढ़ के जा इत्थे, ਉਹ ਪੈਸੇ ਲੋਨ ਦੇ ਲਈ ਮੈਨੂੰ ਕਿਤੇ ਜਾਣਾ ਪਿਆ ਪਾਸੇ, ਇੱਥੇ 8-9 ਹਜ਼ਾਰ ਤੋਂ ਵੱਧ ਤਨਖਾਹ ਨਹੀਂ ਮਿਲਦੀ ਕਿਤੇ ਵੀ ਵੀਰੇ, ਤੂੰ ਮੇਰੇ ਕੋਲ ਆਉਂਦਾ ਤਾਂ ਸੀ ਯਾਰ, ਆਹ ਪ੍ਰੋਬਲਮ ਤੂੰ ਮੈਨੂੰ ਦੱਸ ਕੇ ਜਾਂਦਾ ਆ ਕੇ ਵੀ ਬਾਈ ਮੈਨੂੰ ਬੱਚੀ ਨੂੰ ਉੱਥੇ ਲਿਜਾਣਾ ਪੈ ਰਿਹਾ ਸੀਗਾ, ਮੇਰੀ ਕੁੜੀ ਬਚ ਗਈ, ਮੈਨੂੰ ਹੋਰ ਹੈਲਪ ਨਹੀਂ ਚਾਹੀਦੀ, ਨਹੀਂ ਨਹੀਂ ਪੁੱਤ ਗੱਲ ਇਹ ਹੈਲਪ ਦੀ ਨਹੀਂ ਸੀਗੀ, ਗੱਲ ਤਾਂ ਸਿਰਫ ਹੁਣ ਦਿਖਾ ਆ ਜੈਸਲੀਨ ਖਾਤਰ ਕਰਨਾ ਸੀ ਆਪਾਂ ਦਾ, ਇਹ ਫਿਰ ਕੋਈ ਦਵਾਈ ਦਾ ਹੱਲ ਕਰਦੇ, ਮੈਂ ਤੈਨੂੰ ਕਹਿਣ ਦਾ ਭਾਈ ਮੈਂ ਤੈਨੂੰ ਕਿਰਾਇਆ ਦੇ ਦਿਆ ਕਰੂੰ, ਤੂੰ ਆ ਕੇ ਲੈ ਜਾ ਕਰ ਦਵਾਈ, ਇਹ ਆ ਜਾ ਕਰਦੀ ਚਾਹੇ ਇਕੱਲੀ ਸਾਡੇ ਕੋਲ ਦਵਾਈ ਲੈ ਜਾ ਕਰਦੀ, ਹੁਣ ਵੀ ਦਵਾਈ ਨਹੀਂ ਆਪਾਂ ਮਿਸ ਕਰਨੀ, ਜੇ ਅੱਜ ਹੁਣ ਜਿਹੜਾ ਉਸ ਟਾਈਮ ਜਸਲੀਨ ਦਾ ਨੁਕਸਾਨ ਹੋਣ ਬਚ ਗਿਆ ਸੀਗਾ, ਹੁਣ ਜਿਹੜਾ ਉਹਨੂੰ ਦੌਰਾ ਪੈ ਗਿਆ, ਹੁਣ ਪਤਾ ਨਹੀਂ ਉਹਦੇ ਦਿਮਾਗ 'ਤੇ ਕਿੰਨਾ ਅਸਰ ਪਊ ਇਸ ਚੀਜ਼ ਦਾ, ਹੈ ਨਾ, ਬਸ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਵੀ ਸਾਰਾ ਕੁਛ ਠੀਕ ਹੋਵੇ, ਤੰਦਰੁਸਤ ਹੋਵੇ ਉਹ ਬਸ, ਠੀਕ ਹੈ ਨਾ, ਪਰ ਉਸ ਤੋਂ ਬਾਅਦ 'ਚ ਆਪਾਂ ਕੋਈ ਨਾ ਇਹਨੂੰ ਠੀਕ ਕਰ ਲਾ, ਫਿਰ ਆਪਾਂ ਕੋਈ ਨਾ ਕੋਈ ਹੱਲ ਕੱਢਦੇ ਹਾਂ, ਅਤੇ ਉਹਨੂੰ ਦੇਖਦੇ ਹਾਂ ਕਿੱਦਾਂ ਤੇਰਾ ਹੱਲ ਕਰਨਾ, ਕੋਈ ਜੋਬ ਜੂਬ ਦਾ ਮੈਂ ਤੇਰਾ ਹੱਲ ਕਰਕੇ ਦਿੰਦਾ, ਠੀਕ ਆ, ਜਾਓ ਹੁਣ ਹਸਪੀਟਲ ਜਾਓ, ਕਾਹਤੇ ਆਏ ਤੁਸੀਂ, ਮੈਂ ਕਿਸੇ ਦੇ ਮੁੰਡੇ ਦੀ ਮੰਗੀ ਸੀ ਐਕਟਿਵਾ ਬੰਦ ਕੇ ਲੈ, ਜਿਹੜਾ ਮੇਰੇ ਨਾਲ ਪਹਿਲਾਂ ਡੋਮਿਨੋ ਚ ਕੰਮ ਕਰਦਾ ਸੀ ਉਹ ਵੀ ਲੈ ਕੇ ਆਇਆ, ਠੀਕ ਆ ਠੀਕ ਆ, ਤੇਰੇ ਕੋਲ ਹੈ ਨਹੀਂ ਸਾਧਨ ਆਪਦਾ, ਤੈਨੂੰ ਕੋਈ ਨਾ ਮੋਟਰਸਾਈਕਲ ਸਾਡੇ ਕੋਲ ਹੈਗਾ ਇੱਕ, ਉਹਨੂੰ ਠੀਕ ਕਰਾ ਲਾ ਤੈਨੂੰ ਦੇਵਾਂਗੇ, ਠੀਕ ਆ, ਕੋਈ ਨਾ ਕਰਦੇ ਹਾਂ ਹੱਲ ਤੇਰਾ ਪੁੱਤ, ਹੈਂ।